ਹਾਂਜੀ ਮੇਰੇ ਪਿਆਰੇ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ ਯੂਟਿਊਬ ਚੈਨਲ PB77 ਸਟੱਡੀ ਪੁਆਇੰਟ 'ਤੇ। ਸੋ ਦੋਸਤੋ, ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ। ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹਨ, ਉਹਨਾਂ ਵਾਲੀ ਕਲਾਸ ਹੈ, ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੀ ਹੈ। ਸੋ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ। ਟੌਪ ਦੇ MCQ ਲੈ ਕੇ ਆਇਆ ਹਾਂ ਇੱਕ ਵਾਰ ਫਿਰ ਤੁਹਾਡੇ ਲਈ। ਸੋ ਅੱਗੇ ਦੀ ਤਰ੍ਹਾਂ ਤੁਸੀਂ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪਿਆਰ ਦਿੰਦੇ ਹੋ ਅਤੇ ਹੁਣ ਵੀ ਦੇਵੋਗੇ। ਸੋ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ 'ਤੇ ਲੈਣਾ ਚਾਹੁੰਦੇ ਹਨ ਤਾਂ ਓਨਲੀ 200 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ 1200 ਦੇ ਕਰੀਬ MCQ ਲੈ ਸਕਦੇ ਹੋ। ਸੋ MCQ ਕਿਵੇਂ ਲੈਣੇ ਹਨ? 9946461 ਇਸ ਨੰਬਰ 'ਤੇ ਤੁਸੀਂ ਸਾਨੂੰ ਗੂਗਲ ਪੇ ਕਰਕੇ, ਵਟਸਐਪ 'ਤੇ ਤੁਸੀਂ ਸਾਨੂੰ ਸਕਰੀਨਸ਼ੋਟ ਭੇਜ ਸਕਦੇ ਹੋ। ਤੁਹਾਨੂੰ ਜਲਦ ਹੀ PDF ਮਿਲ ਜਾਣਗੀਆਂ ਜੀ। ਐਂਡ ਜਿਹੜੇ ਦੋਸਤ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ, ਉੱਥੋਂ ਤੁਸੀਂ ਜਾ ਕਿਸੇ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ। ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ, ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਕੁਐਸਚਨ ਹੈ ਜੀ, ਹੇਠ ਦਿੱਤਿਆਂ ਵਿੱਚੋਂ ਟਰਾਂਸਫਾਰਮਰ ਕਿਸ ਦਾ ਮਾਣ ਬਦਲਣ ਲਈ ਵਰਤੇ ਜਾਂਦੇ ਹਨ? ਕਿਸ ਦਾ ਮਾਣ ਬਦਲਣ ਲਈ ਵਰਤੇ ਜਾਂਦੇ ਹਨ? ਵੋਲਟੇਜ, ਫ੍ਰੀਕੁਐਂਸੀ, ਪਾਵਰ ਜਾਂ ਉਪਰੋਕਤ ਸਾਰੇ? ਤਾਂ ਦੋਸਤੋ, ਮਾਣ ਬਦਲਣ ਲਈ ਸਿਰਫ ਵੋਲਟੇਜ ਲਈ ਵਰਤੇ ਜਾਂਦੇ ਹਨ ਟਰਾਂਸਫਾਰਮਰ, ਵੋਲਟੇਜ ਨੂੰ ਬਦਲਣ ਲਈ, ਸਟੈਪ ਡਾਊਨ ਜਾਂ ਸਟੈਪ ਅਪ ਕਰਨ ਲਈ। ਰਾਈਟ ਦੋਸਤੋ, ਨੈਕਸਟ ਕੁਐਸਚਨ ਚੱਲਦੀ ਹੈ ਆਪਾਂ। ਕੁਐਸਚਨ ਨੰਬਰ ਹੈ 2, ਟਰਾਂਸਫਾਰਮਰ ਦੀ ਰੇਟਿੰਗ ਕੀ ਹੁੰਦੀ ਹੈ? ਟਰਾਂਸਫਾਰਮਰ ਦੀ ਰੇਟਿੰਗ ਕੀ ਹੁੰਦੀ ਹੈ? ਰੇਟਿੰਗ ਦੋਸਤੋ, ਆਪਣੇ ਸਾਹਮਣੇ ਆਪਸ਼ਨਸ ਦਿੱਤੀਆਂ ਹੋਈਆਂ ਹਨ। ਪਹਿਲੀ ਹੈ KW, ਦੂਸਰੀ ਹੈ KV, ਤੀਸਰੀ ਹੈ KVA ਅਤੇ ਚੌਥੀ ਹੈ KWH। ਤਾਂ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ KVA, ਆਪਸ਼ਨ C ਇਸ ਦਾ ਬਿਲਕੁਲ ਰਾਈਟ ਆਨਸਰ ਹੈ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਚਲੀਏ ਜੀ। ਕੁਐਸਚਨ ਨੰਬਰ ਹੈ 3, ਟਰਾਂਸਫਾਰਮਰ ਦੇ ਕਿਹੜੇ ਲਾਸਿਸ ਸਥਿਰ ਹੁੰਦੇ ਹਨ? ਕਾਪਰ ਲੋਸ, ਆਇਰਨ ਲੋਸ, ਉਪਰੋਕਤ ਦੋਨੋਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਹਾਂਜੀ ਦੋਸਤੋ, ਸੋ ਇਸਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਇਰਨ ਲੋਸ, ਆਇਰਨ ਲੋਸ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਚਲੀਏ ਜੀ। ਬਕਲਜ਼ ਰਿਲੇ ਕਿਸ ਤਰ੍ਹਾਂ ਦਾ ਡਿਵਾਈਸ ਹੈ? ਬਕਲਜ਼ ਰਿਲੇ ਜਿਹੜੇ ਕਿ
ਪਾਵਰ ਟਰਾਂਸਫਾਰਮਰ ਦੇ ਵਿੱਚ ਲੱਗੇ ਹੁੰਦੇ ਨੇ ਜਿਹੜੇ ਕਿ 500 ਕੇਵੀ ਤੋਂ ਵੱਧ ਹੁੰਦੇ ਹਨ, ਉਹਨਾਂ ਨੂੰ ਆਪਾਂ ਪਾਵਰ ਟਰਾਂਸਫਾਰਮਰ ਕਹਿੰਦੇ ਹਾਂ। ਉਸ ਦੇ ਵਿੱਚ ਬੱਕਲ ਜ਼ਰਲੇ ਲੱਗੀ ਹੁੰਦੀ ਹੈ, ਠੀਕ ਹੈ ਜੀ। ਤਾਂ ਉਹ ਕਿਸ ਤਰ੍ਹਾਂ ਦਾ ਡਿਵਾਈਸ ਹੈ, ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ। ਪਹਿਲੀ ਹੈ ਵੋਲਟੇਜ ਸੰਵੇਦਨਸ਼ੀਲ ਡਿਵਾਈਸ, ਦੂਸਰੀ ਹੈ ਕਰੰਟ ਸੰਵੇਦਨਸ਼ੀਲ ਡਿਵਾਈਸ, ਤੀਸਰੀ ਹੈ ਗੈਸ ਚਲਿਤ ਡਿਵਾਈਸ, ਚੌਥੀ ਹੈ ਫ੍ਰੀਕੁਐਂਸੀ ਸੰਵੇਦਨਸ਼ੀਲ ਡਿਵਾਈਸ। ਤਾਂ ਦੋਸਤੋ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਗੈਸ ਚਲਿਤ ਡਿਵਾਈਸ। ਨੈਕਸਟ ਕੁਐਸਚਨ ਦੇ ਚੱਲੀਏ ਦੋਸਤੋ, ਕੁਐਸਚਨ ਨੰਬਰ ਹੈ 5। ਟਰਾਂਸਫਾਰਮਰ ਵਾਈਂਡਿੰਗ ਵਿੱਚ ਲੀਕੇਜ ਫਲਕਸ ਦਾ ਮੁੱਲ ਕਿਸ ਉੱਪਰ ਨਿਰਭਰ ਕਰਦਾ ਹੈ? ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ। ਪਹਿਲੀ ਹੈ ਟਰਨ ਰੇਸ਼ੋ, ਦੂਸਰੀ ਹੈ ਲੋਡ ਕਰੰਟ, ਤੀਸਰੀ ਹੈ ਫਲਕਸ, ਚੌਥੀ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਹਾਂਜੀ ਦੋਸਤੋ ਇਸਦਾ ਰਾਈਟ ਆਂਸਰ ਹੈ ਲੋਡ ਕਰੰਟ, ਆਪਸ਼ਨ ਬੀ ਇਸਦਾ ਬਿਲਕੁਲ ਰਾਈਟ ਆਂਸਰ ਹੈ ਦੋਸਤੋ। ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲੀਏ ਜੀ, ਕੁਐਸਚਨ ਨੰਬਰ ਹੈ 6। ਜਿਸ ਟਰਾਂਸਫਾਰਮਰ ਦੀਆਂ ਦੋਨੋਂ ਵਾਈਂਡਿੰਗ ਅਤੇ ਵੋਲਟੇਜ ਇੱਕ ਸਮਾਨ ਰਹਿੰਦੀ ਹੈ ਉਸ ਨੂੰ ਕੀ ਕਹਿੰਦੇ ਹਨ? ਆਪਸ਼ਨ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ, ਕਰੰਟ ਟਰਾਂਸਫਾਰਮਰ, ਆਟੋ ਟਰਾਂਸਫਾਰਮਰ, ਆਈਸੋਲੇਸ਼ਨ ਟਰਾਂਸਫਾਰਮਰ, ਕੌਂਸਟੈਂਟ ਵੋਲਟੇਜ ਟਰਾਂਸਫਾਰਮਰ। ਹਾਂਜੀ ਤਾਂ ਦੋਸਤੋ ਇਸਦਾ ਜੋ ਰਾਈਟ ਆਂਸਰ ਹੈ ਉਹ ਤੁਹਾਡੇ ਸਾਹਮਣੇ ਹਨ। ਹਾਂਜੀ ਇਸਦਾ ਰਾਈਟ ਆਂਸਰ ਹੋ ਜਾਏਗਾ ਆਈਸੋਲੇਸ਼ਨ ਟਰਾਂਸਫਾਰਮਰ। ਨੈਕਸਟ ਕੁਐਸਚਨ ਚਲੀਏ ਜੀ, ਸਕੌਟ ਕਨੈਕਸ਼ਨ ਕਿਸ ਲਈ ਵਰਤੇ ਜਾਂਦੇ ਹਨ? ਹਾਂਜੀ ਦੋਸਤੋ ਤਿੰਨ ਫੇਸ ਤੋਂ ਇੱਕ ਫੇਸ ਟਰਾਂਸਫਾਰਮਰ, ਸਿੰਗਲ ਫੇਸ ਤੋਂ ਤਿੰਨ ਫੇਸ ਟਰਾਂਸਫਾਰਮਰ, ਤਿੰਨ ਫੇਸ ਤੋਂ ਦੋ ਫੇਸ ਟਰਾਂਸਫਾਰਮਰ ਜਾਂ ਉਪਰੋਕਤ ਸਾਰੇ? ਹਾਂਜੀ ਦੋਸਤੋ ਇਸਦਾ ਜੋ ਰਾਈਟ ਆਂਸਰ ਹੈ ਦੋਸਤੋ ਉਹ ਹੈ ਤਿੰਨ ਫੇਸ ਤੋਂ ਦੋ ਫੇਸ ਟਰਾਂਸਫਾਰਮਰ। ਨੈਕਸਟ ਕੁਐਸਚਨ ਚਲੀਏ ਜੀ, ਕੁਐਸਚਨ ਨੰਬਰ ਹੈ 8। ਛਿਲਕਾ ਜੈੱਲ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਛਿਲਕਾ ਜੈੱਲ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਵੋਲਟੇਜ ਕੰਟਰੋਲ ਕਰਨ ਲਈ, ਨਮੀ ਸਿਖਾਉਣ ਲਈ, ਤੇਲ ਠੰਡਾ ਕਰਨ ਲਈ ਜਾਂ ਉਪਰੋਕਤ ਸਾਰੇ? ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਨਮੀ ਸਿਖਾਉਣ ਲਈ। ਠੀਕ ਹੈ ਦੋਸਤੋ ਦੋਸਤੋ ਵੀਡੀਓ ਨੂੰ ਫਟਾਫਟ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਉ ਐਂਡ ਕਮੈਂਟ ਜ਼ਰੂਰ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗ ਰਹੀ ਹੈ, ਤਾਂ ਜੋ ਅਸੀਂ ਹੋਰ ਵੀ ਚੰਗਾ ਉਪਰਾਲਾ ਕਰੀਏ ਤਾਂ ਹੋਰ ਵੀ ਟੌਪ ਦੇ MCQ ਤੁਹਾਡੇ ਲਈ ਲੈ ਕੇ ਆਈਏ। ਸੋ ਜਿਨ੍ਹਾਂ ਨੇ PDF ਲੈਣੀਆਂ ਹਨ ਓਨਲੀ 200 ਰੁਪਏ ਦੇ ਵਿੱਚ 1200 ਦੇ ਕਰੀਬ MCQ ਮਿਲਣਗੇ ਜੀ। ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ
ਅਤੇ ਸਕਰੀਨਸ਼ੋਟ ਭੇਜਣਾ ਜਿਹੜੇ ਤੁਸੀਂ ਸਾਨੂੰ ਪੇਮੈਂਟ ਕਰੋਗੇ ਗੂਗਲ ਪੇ ਜਾਂ ਫੋਨਪੇ ਤੁਸੀਂ ਕਰ ਸਕਦੇ ਹੋ। ਨੈਕਸਟ ਕੁਐਸਚਨ ਚਲੀਏ ਜੀ, ਕੁਐਸਚਨ ਨੰਬਰ ਹੈ 9। ਛਿਲਕਾ ਜੈੱਲ ਨੂੰ ਕਿਸ ਵਿੱਚ ਰੱਖਿਆ ਜਾਂਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ। ਪਹਿਲੀ ਹੈ ਟੈਂਕ ਦੇ ਅੰਦਰ, ਦੂਸਰੀ ਹੈ ਕੰਜ਼ਰਵੇਟਰ ਵਿੱਚ, ਤੀਸਰੀ ਹੈ ਬਕਲਜ਼ਰ ਲੇ ਵਿੱਚ, ਚੌਥੀ ਹੈ ਬ੍ਰੀਦਰ ਵਿੱਚ। ਤਾਂ ਦੋਸਤੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਬਹੁਤ ਵਾਰੀ ਆਪਾਂ ਕੁਐਸਚਨ ਰਿਪੀਟ ਕਰ ਚੁੱਕੇ ਹਾਂ, ਤਾਂ ਇਸਦਾ ਰਾਈਟ ਆਂਸਰ ਹੈ ਬ੍ਰੀਦਰ ਵਿੱਚ। ਨੈਕਸਟ ਕੁਐਸਚਨ ਚਲੀਏ ਦੋਸਤੋ, ਕੁਐਸਚਨ ਨੰਬਰ ਹੈ 10। ਹੇਠ ਦਿੱਤਿਆਂ ਵਿੱਚੋਂ ਕਰੰਟ ਟਰਾਂਸਫਾਰਮਰ ਕਿਸ ਵਿੱਚ ਵਰਤਿਆ ਜਾਂਦਾ ਹੈ? ਸਿਟੀ ਕਰੰਟ ਟਰਾਂਸਫਾਰਮਰ ਕਿਸ ਵਿੱਚ ਵਰਤਿਆ ਜਾਂਦਾ ਹੈ? ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ। ਕਿਸ ਨਾਲ ਮਾਪਿਆ ਜਾਂਦਾ ਹੋਣਾ ਚਾਹੀਦਾ ਸੀਗਾ? ਐਮੀਮੀਟਰ, ਵੋਲਟਮੀਟਰ, ਕਲਿਪ ਔਨ ਮੀਟਰ ਜਾਂ ਮੈਗਰ? ਇਸਦਾ ਰਾਈਟ ਆਂਸਰ ਹੈ ਦੋਸਤੋ, ਉਹ ਹੈ ਕਲਿਪ ਔਨ ਮੀਟਰ। ਨੈਕਸਟ ਕੁਐਸਚਨ ਚਲੀਏ ਦੋਸਤੋ, ਕੁਐਸਚਨ ਨੰਬਰ ਹੈ 11। ਸੀਟੀ ਅਤੇ ਪੀਟੀ ਕਿਸੇ ਬਿਜਲੀ ਸਰਕਟ ਵਿੱਚ ਕਿਸ ਤਰ੍ਹਾਂ ਜੋੜੇ ਜਾਂਦੇ ਹਨ? ਸੀਟੀ ਪੀਟੀ ਕਿਸ ਤਰ੍ਹਾਂ ਜੋੜੇ ਜਾਂਦੇ ਹਨ? ਪੈਰਲਰ ਸੀਰੀਜ ਕ੍ਰਮ ਵਿੱਚ, ਪੈਰਲਰ ਪੈਰਲਰ ਵਿੱਚ, ਸੀਰੀਜ ਪੈਰਲ ਵਿੱਚ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਤਾਂ ਦੋਸਤੋ ਇਸਦਾ ਰਾਈਟ ਆਂਸਰ ਹੈ ਇਹ ਸੀਰੀਜ ਪੈਰਲਰ ਦੇ ਵਿੱਚ ਜੋੜੇ ਜਾਂਦੇ ਹਨ। ਨੈਕਸਟ ਕੁਐਸਚਨ ਚਲੀਏ ਦੋਸਤੋ, ਕੁਐਸਚਨ ਨੰਬਰ ਹੈ 12। ਪੀਟੀ ਦੀ ਸੈਕੰਡਰੀ ਵਾਈਂਡਿੰਗ ਦੀ ਵੋਲਟੇਜ ਸਮਰੱਥਾ ਕਿੰਨੀ ਹੁੰਦੀ ਹੈ? 11 ਵੋਲਟ, 11 ਕੇਵੀ, 110 ਵੋਲਟ ਜਾਂ 220 ਵੋਲਟ? ਦੋਸਤੋ ਇਸਦਾ ਰਾਈਟ ਆਂਸਰ ਹੈ 110 ਵੋਲਟ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਚਲੀਏ ਜੀ, ਕੁਐਸਚਨ ਨੰਬਰ ਹੈ 13। ਹਾਈ ਫ੍ਰੀਕੁਐਂਸੀ ਟਰਾਂਸਫਾਰਮਰ ਦੀ ਕੋਰ ਕਿਸ ਤਰ੍ਹਾਂ ਦੀ ਹੁੰਦੀ ਹੈ? ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ, ਐਲੂਮੀਨੀਅਮ ਕੋਰ, ਓਪਨ ਆਇਰਨ ਕੋਰ, ਕਲੋਸਡ ਆਇਰਨ ਕੋਰ ਜਾਂ ਏਅਰ ਕੋਰ? ਹਾਂਜੀ ਦੋਸਤੋ, ਸੋ ਦੋਸਤੋ ਇਸਦਾ ਰਾਈਟ ਆਂਸਰ ਹੈ ਉਹ ਹੈ ਏਅਰ ਕੋਰ। ਆਪਸ਼ਨ ਸਾ ਇਸਦਾ ਬਿਲਕੁਲ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਚਲੀਏ ਜੀ, ਕੁਐਸਚਨ ਨੰਬਰ ਹੈ 14। ਟਰਾਂਸਫਾਰਮਰ 'ਤੇ ਸ਼ਾਰਟ ਸਰਕਟ ਅਤੇ ਓਪਨ ਸਰਕਟ ਟੈਸਟ ਕਰਨ ਲਈ ਇੰਸਟਰੂਮੈਂਟ ਕਿੱਥੇ ਲਗਾਏ ਜਾਂਦੇ ਹਨ? ਐਲ ਵੀ ਸਾਈਡ ਅਤੇ ਐਚ ਵੀ ਸਾਈਡ ਕਰਮਵਾਰ, ਐਚ ਵੀ ਸਾਈਡ ਅਤੇ ਐਲ ਵੀ ਸਾਈਡ ਕਰਮਵਾਰ, ਸਿਰਫ ਐਲ ਵੀ ਸਾਈਡ ਜਾਂ ਸਿਰਫ ਐਚ ਵੀ ਸਾਈਡ? ਸੋ ਇਸਦਾ ਰਾਈਟ ਆਂਸਰ ਹੋ ਜਾਏਗਾ ਦੋਸਤੋ, ਉਹ ਹੈ ਐਚ ਵੀ ਸਾਈਡ ਅਤੇ ਐਲ ਵੀ ਸਾਈਡ ਕਰਮਵਾਰ। ਨੈਕਸਟ ਕੁਐਸਚਨ ਚਲੀਏ ਦੋਸਤੋ, ਕੁਐਸਚਨ ਨੰਬਰ ਹੈ 15। ਬਿਨਾਂ ਲੋਡ 'ਤੇ ਸਪਲਾਈ ਦੇ ਨਾਲ ਜੁੜੇ ਟਰਾਂਸਫਾਰਮਰ ਵਿੱਚ ਕਿਹੜੇ ਲੌਸ ਹੁੰਦੇ ਹਨ?
ਬਿਨਾਂ ਲੋੜ ਉੱਤੇ ਸਪਲਾਈ ਦੇ ਨਾਲ ਜੁੜੇ ਟਰਾਂਸਫਾਰਮਰ 'ਚ ਕਿਹੜੇ ਲੋਸ ਹੁੰਦੇ ਹਨ? ਕੋਈ ਲੋਸ ਨਹੀਂ ਹੁੰਦੇ, ਆਇਰਨ ਅਤੇ ਕਾਪਰ ਲੋਸ, ਸਿਰਫ ਕਾਪਰ ਲੋਸ, ਸਿਰਫ ਆਇਰਨ ਲੋਸ। ਹਾਂਜੀ ਦੋਸਤੋ, ਸੋ ਇਸਦਾ ਜੋ ਰਾਈਟ ਆਨਸਰ ਹੈ ਦੋਸਤੋ, ਉਹ ਹੈ ਸਿਰਫ ਆਇਰਨ ਲੋਸ। ਠੀਕ ਹੈ ਦੋਸਤੋ, ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ। ਸੋ ਜਿਹੜੇ ਦੋਸਤ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਹਨ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ, ਅਤੇ ਸਭ ਤੋਂ ਪਹਿਲਾਂ ਤੁਸੀਂ ਚੰਗੀ ਤਿਆਰੀ ਕਰ ਸਕੋ। ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF 1200 ਦੇ ਕਰੀਬ MCQ ਲੈਣਾ ਚਾਹੁੰਦੇ ਹਨ, ਟੌਪ ਦੇ MCQ ਹੋਣਗੇ, ਤਾਂ ਸਿਰਫ ਸਾਨੂੰ 200 ਰੁਪਏ ਗੂਗਲ ਪੇ ਕਰਕੇ ਇਸ ਨੰਬਰ 'ਤੇ ਸਕਰੀਨਸ਼ੋਟ ਭੇਜ ਦੇਣਾ ਹੈ, ਤਾਂ ਤੁਸੀਂ PDF ਲੈ ਸਕਦੇ ਹੋ। ਤਾਂ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ, ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਵਟਸਐਪ 'ਤੇ ਗਰੁੱਪ ਵਿੱਚ ਜੁੜ ਸਕਦੇ ਹੋ। ਸੋ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਵਿੱਚ। ਥੈਂਕ ਯੂ ਵੈਰੀ ਮੱਚ।